ਪੁੱਤ ਸੌ ਜਾ, ਪਤਾ ਸਾਰੇ ਕੰਮ ਕਰਨ ਵਾਲੇ ਪਏ ਆ, ਭਾਂਡੇ ਧੋਣੇ, ਰੋਟੀ ਲਾਉਣੀ ਆ। ਪੈ ਪੁੱਤ। ਓ ਕੀ ਗੱਲ ਹੈ, ਸੁੱਤਾ ਨਹੀਂ ਹੈਗਾ? ਰਸੋਈ ਦੇ ਸਾਰੇ ਕੰਮ ਪਏ ਨੇ। ਨਹੀਂ ਸੁੱਤਾ ਮੰਮੀ, ਮੈਂ ਤਾਂ ਕਰਦੀ ਸਵਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹਾਂ, ਪਰ ਇਹ ਹੱਥੋਂ ਨਿਕਲ ਨਿਕਲ ਜਾਈ ਜਾਂਦਾ। ਹੁਣ ਜੇ ਸੌਂਗਾ ਤਾਂ ਹੀ ਰਸੋਈ ਵੱਲ ਹੋਊਂਗੀ ਮੈਂ। ਲੈ ਮੈਨੂੰ ਫੜਾ, ਮੈਂ ਸਵਾ ਕੇ ਦੇਖ, ਤੂੰ ਭਾਂਡੇ ਵੱਲ ਹੋ। ਸੌ ਜਾ ਪੁੱਤ, ਹਾਏ ਭੂਤ ਆ ਗਿਆ, ਹਾਏ। ਧੋਤੇ ਗਏ ਭਾਂਡੇ? ਬਸ ਥੋੜੇ ਰਹਿ ਗਏ ਮੰਮੀ। ਫਤਿਹ ਸੌ ਗਿਆ? ਹਾਂ ਸੌ ਗਿਆ, ਤੈਨੂੰ ਨਹੀਂ ਸਵਾਉਣਾ ਉਹਦਾ। ਤੁਸੀਂ ਤਾਂ ਮੰਮੀ ਐ ਕਹਿੰਦੇ ਹੋ ਜਿਕਰ ਨਾ ਮੈਂ ਕੰਮ ਕਰਨ ਦੀ ਮਾਰੀ ਉਹਨੂੰ ਜਾਣ ਕੇ ਨਹੀਂ ਸਵਾਉਂਦੀ ਹੁੰਦੀ। ਇਹ ਤਾਂ ਤੈਨੂੰ ਪਤਾ ਹੋਊ ਵੀ ਉਹ ਸੌਂਦਾ ਨਹੀਂ ਕਿ ਜਾਣ ਕੇ ਨਹੀਂ ਸਵਾਉਂਦੀ, ਪਰ ਭਾਂਡਿਆਂ ਤੋਂ ਬਾਅਦ ਹੁਣ ਕੀ ਕਰਨਾ? ਕਰਨਾ ਕੀ ਆ ਮੰਮੀ, ਭਾਂਡੇ ਤਕਰੀਬਨ ਹੁਣ ਮੇਰੇ ਹੋ ਹੀ ਗਏ, ਪਰ ਮੇਰਾ ਸਿਰ ਦੁਖੀ ਜਾਂਦਾ, ਰੋਟੀ ਦਾ ਵੀ ਟਾਈਮ ਹੋਇਆ ਪਿਆ, ਰੋਟੀ ਲਾਉਣੀ ਆ ਹੁਣ ਮੈਂ। ਅੱਛਾ ਸਿਰ ਦੁਖਦਾ, ਐ ਕਰ ਰੋਟੀ ਅੱਜ ਮੈਂ ਲਾ ਦੂੰ, ਤੂੰ ਜਾ ਕੇ ਪੈ ਜਾ। ਤੁਸੀਂ ਲਾਓਗੇ? ਨਹੀਂ ਨਹੀਂ ਮੈਂ ਲਾ ਦਿੰਦੀ ਹਾਂ ਮੰਮੀ। ਉਹ ਮੁੰਡਾ ਸੁੱਤਾ ਪਿਆ, ਜਾ ਕੇ ਤੂੰ ਵੀ ਪੈ ਜਾ, ਨਾਲੇ ਆਰਾਮ ਕਰ ਲੈ। ਚਾਰ ਰੋਟੀਆਂ ਨੇ, ਮੈਂ ਲਾ ਲੂੰਗੀ ਆਪੇ। ਠੀਕ ਆ ਮੰਮੀ ਜੀ। ਮਾੜਾ ਜਿਹਾ ਮੂੰਹ ਕੀ ਕਿਹਾ, ਜਿਹੜੇ ਟੱਕ ਟੱਕ ਤਰਪੇ, ਤੈਨੂੰ ਤਾਂ ਮੈਂ ਦੱਸਦੀ ਅੱਜ ਪਤਾ। ਇਹ ਮੈਥੋਂ ਰੋਟੀਆਂ ਪਕਵਾਓਗੇ? ਮੈਨੂੰ ਕਹਿੰਦੇ ਤੁਸੀਂ ਰੋਟੀ ਬਣਾ ਲਿਆ, ਮੁੰਡੇ ਨੂੰ ਸਵਾ ਨਹੀਂ ਸਕਦੀ ਇਹ। ਕੰਮ ਕਰਨ ਦੀ ਮਾਰੀ ਜਿੰਨ ਚੰਨ ਕਰਦੀ ਰਹਿੰਦੀ ਹੈ 24 ਘੰਟੇ। ਆਏ ਮੇਰਾ ਗਿੱਟਾ, ਉਹ ਸੱਚ ਗੁੱਟ ਟੁੱਟ ਗਿਆ ਮੇਰਾ, ਮੇਰੇ ਕੰਮ ਨਹੀਂ ਹੁੰਦਾ। ਲੈ ਕੇ ਤਾਂ ਸੁੱਖ ਦੀ ਖਾਤਰ ਆਉਂਦੀ ਸੀ, ਇਹ ਤਾਂ ਉੱਤੋਂ ਰੋਟੀਆਂ ਪਕਵਾਉਂਦੀ ਆ, ਮੈਨੂੰ ਕਾਹਦਾ ਸੁੱਖ ਆ ਬਹੇ ਦਾ। ਹੋ, ਤੂੰ ਮੈਨੂੰ ਕੀ ਜਾਣਦੀ ਆ, ਸੱਪ ਦੇ ਤਾਂ ਇੱਕ ਸੱਸਾ ਪੈਂਦਾ, ਮੈਂ ਤਾਂ ਸੱਸਾਂ ਦੋ ਸੱਸੇ ਪੈਂਦੇ ਨੇ। ਤੈਨੂੰ ਮੈਂ ਦੱਸੂ ਪਤਾ ਵੀ ਰੋਟੀਆਂ ਕਿਵੇਂ ਪਕਵਾਈ ਦੀਆਂ ਨੇ ਸੱਸ ਤੋਂ? ਹਾਏ ਮੇਰਾ ਗੁੱਟ, ਕਿੰਨੀ ਔਖੀ ਰੋਟੀ ਲਾਈ ਆ ਮੈਂ, ਬਸ ਹੋ ਗਈ ਮੇਰੀ। ਉਹ ਬਹੂ ਲੈ ਕੇ ਤਾਂ ਸੁੱਖ ਦੀ ਖਾਤਰ ਆਉਂਦੀ ਸੀ, ਮੈਨੂੰ ਕੀ ਪਤਾ ਸੀ ਵੀ ਉਹ ਮੰਜਾ ਡਾ ਕੇ ਪੈ ਜਾ ਕਰੂਗੀ। ਕੀ ਹੋਇਆ ਮੰਮੀ, ਆ ਕੀ ਹੋਇਆ? ਨਹੀਂ ਨਹੀਂ ਪੁੱਤ, ਕੁਛ ਨਹੀਂ ਹੋਇਆ, ਮੇਰੇ ਤਾਂ ਸੱਟਾਂ ਇਹੋ ਜਿਹੀਆਂ ਲੱਗਦੀਆਂ ਰਹਿੰਦੀਆਂ ਨੇ। ਲੱਗਦੀਆਂ ਰਹਿੰਦੀਆਂ ਮਤਲਬ? ਮੈਨੂੰ ਦੱਸੋ ਤਾਂ ਸਹੀ ਕੀ ਹੋਇਆ, ਨਾਲੇ ਤੁਸੀਂ ਕਹਿੰਦੇ ਰੋਟੀ ਬਣਾਉਣ ਲੱਗੇ ਤੁਹਾਡਾ ਹੱਥ ਦੁਖਦਾ, ਉਹਨੂੰ ਕਹੋ ਕੀ ਹੋਇਆ। ਮੈਂ ਨਹੀਂ ਕਹਿਣਾ ਪੁੱਤ, ਮੈਨੂੰ ਡਰ ਲੱਗਦਾ, ਮੈਂ ਤਾਂ ਗੱਲਾਂ ਵੀ ਸੁਣੀਆਂ ਜਾਂਦੀਆਂ ਹੈਗੀਆਂ। ਮੈਂ ਇੰਨਾ ਹੀ ਕਹਿੰਦੇ ਰੋਟੀ ਲਾ ਲਾ, ਮੈਨੂੰ ਕਹਿੰਦੇ ਆਪੇ ਲਾ ਲਾ, ਮੈਂ ਸਾਰੀ ਉਮਰ ਲਾਈ ਹੋਈ ਆ ਪੁੱਤ, ਹੁਣ ਲਾ ਲੂੰ ਫਿਰ ਕੀ ਹੋਜੂ। ਮੇਰੇ ਕਰਕੇ ਉਹਨੂੰ ਕੁਛ ਨਾ ਕਹੀ ਪੁੱਤ, ਮੈਨੂੰ ਘਰੋਂ ਕੱਢ ਦੂਗੀ, ਮੇਰੇ ਕਰਕੇ ਕਲੇਸ਼ ਪਊਗਾ ਫਿਰ ਘਰ ਤੇ। ਘਰੋਂ ਕੱਢ ਦੂਗੀ? ਉਹਦਾ ਪਿਓ ਦਾ ਘਰ ਆ, ਐ ਕਿਵੇਂ ਕੱਢ ਦੂਗੀ ਘਰੋਂ? ਨੂੰ ਮੈਂ ਦੱਸਦਾ, ਐਕਟਿੰਗ ਦੇ ਤਾਂ ਮੈਂ ਵੱਟ ਕੱਢ ਦਿੰਦੀ ਹਾਂ, ਇਹ ਤਾਂ ਸੱਚੀ ਦੁਖਣ ਲੱਗ ਗਿਆ। ਤੁਸੀਂ ਆ ਗਏ, ਆ ਖੜਕਾ ਕਾਹਦਾ ਹੋਇਆ? ਖੜਕਾ ਹਜੇ ਹੋਇਆ ਨੀ, ਹੁਣ ਹੋਊਗਾ। ਮੈਂ ਸਮਝੀ ਨੀ, ਕੀ ਕਹਿ ਰਹੇ ਤੁਸੀਂ? ਸਮਝੀ ਨੀ, ਮੈਂ ਸਮਝਾਵਾਂ ਆਪਣੇ ਤਰੀਕੇ ਦੇ ਨਾਲ। ਬਹੁਤ ਸਿਆਣੀ ਬਣਦੀ ਹੈ ਨਾ ਆਪਣੇ ਆਪ ਨੂੰ। ਮੇਰੀ ਮਾਂ ਦਾ ਗੁੱਟ ਹਿੱਲਿਆ ਹੋਇਆ, ਉਹ ਕੰਮ ਕਰਨ ਲੱਗੀ ਹੋਈ ਆ, ਆਪ ਤੂੰ ਇੱਥੇ ਮਹਾਰਾਣੀ ਬਣ ਕੇ ਪਈ ਆ। ਗੁੱਟ? ਮੰਮੀ ਦੇ ਗੁੱਟ ਨੂੰ ਕੀ ਹੋ ਗਿਆ? ਨਾਲੇ ਤੁਸੀਂ ਮੈਨੂੰ ਐ ਕਹਿੰਦੇ ਬੋਲੀ ਜਾਂਦੇ ਹੋ। ਹਜੇ ਤਾਂ ਮੈਂ ਤੈਨੂੰ ਕੁਛ ਬੋਲਿਆ ਨਹੀਂ, ਪਰ ਤੈਨੂੰ ਹੁਣ ਕਹਿਣਾ, ਮੇਰੇ ਸ਼ਾਮ ਨੂੰ ਘਰੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਆਪਣਾ ਟਿੰਡ ਫੋੜੀ ਚੱਕ ਤੇ ਪੇਕਿਆਂ ਨੂੰ ਵਗ ਜਾ, ਦਿਖਣੀ ਨਹੀਂ ਚਾਹੀਦੀ ਮੈਨੂੰ ਇਸ ਘਰ ਦੇ ਵਿੱਚ। ਪਰ ਮੇਰੀ ਗੱਲ ਤਾਂ ਸੁਣੋ, ਮੈਂ ਕੀਤਾ ਕੀ ਆ? ਸਾਰਾ ਕੁਛ ਤਾਂ ਤੇਰਾ ਹੀ ਕੀਤਾ ਹੋਇਆ, ਤੇ ਜਿਹੜਾ ਕੁਛ ਕਰਨ ਨੂੰ ਫਿਰਦੀ ਆ ਉਹ ਮੈਨੂੰ ਪਤਾ ਲੱਗ ਗਿਆ। ਮੇਰੀ ਮਾਂ ਨੂੰ ਘਰੋਂ ਕੱਢਣ ਨੂੰ ਫਿਰਦੀ ਆ ਨਾ ਤੂੰ। ਮੈਂ ਤਾਂ ਕੁਛ ਕਿਹਾ ਹੀ ਨਹੀਂ। ਬਕਵਾਸ ਬੰਦ ਕਰ ਆਪਣੀ, ਮੈਨੂੰ ਮਾਂ ਨੇ ਸਾਰਾ ਕੁਛ ਦੱਸਤਾ ਜਿਹੜਾ ਕੁਛ ਤੂੰ ਕਰਦੀ ਫਿਰਦੀ ਆ, ਸ਼ਾਮ ਤੱਕ ਦਿਖਣੀ ਨਹੀਂ ਚਾਹੀਦੀ ਮੈਨੂੰ, ਨਿਕਲ ਇੱਥੋਂ।
मम्मी मैं बाहर खा लूंगा रोटी। मम्मी तुसी मैनू एक बार भी हाथ बारे दसिया भी थोड़ा गुट दुखदा, जे तुसी मैनू कहिंदे तां मैं सारा काम अपने आप कर लेना सी। मैं तां वैसे भी करन नहीं लगी सी, तुसी वी मैनू रोकिया सी भी तू जाके पै जा, मैं आपे रोटी ला लूंगी। वाह नी तेरे, तू कड्डे नींदा ते मैं करा काम, मैं हुण दे दूंगी इदा। एक बारी छड्ड, मैं तां 50 बारी कहूंगी भी मैं सब्जी बना लैनी आ, मैं रोटी पका लैनी आ। इहदा मतलब ए नहीं भी मैं रोटी पकाउण लग जूंगी। मम्मी मैनूं तां ए नहीं समझ आउंदी भी तुसीं चाहुंदे की हो। जे मैं थोड़े कहे ते काम करा तां मैं माड़ी, थोड़े कहे दे उत्ते मैं ना करा पै गई तां मैं माड़ी। मेरा कसूर की आ? हुणे मैनूं कहदे घर छड्ड के चली जा। मैनूं पुछदी आ भी चाहुंदी की आ? मैं इह चाहुंदी आ जिहड़ा कुछ मेरा मुंडा कहिंदा, चली जा घर छड्ड के। आप मुंडे नूं काम कर करके ते ऐ दिखाउंदी आ जिकर मैं कुछ करदी होई नहीं हुंदी। कदे तुसीं कहिंदे हो मैं कर लूंगी, कदे तुसीं कहिंदे हो मुंडे नूं काम कर करके दिखाउंदी आ। इन्हां गल्लां दा की मतलब आ? नाले आ हत्थ वाला ड्रामा करन दी की लोड़ सी? मेरे नाल बाड़ियां गल्लां करन दी लोड़ नहीं, जिहड़ा कुछ मुंडा कह के गया ना ओही कर। तू गई नहीं हजे तक, तेनू क्या सी मेरे आने तो पहले चली जाई? मैं चली जानी हूँ पर मेरे जान तो पहले मैं एक चीज देख लो। हाँ नी तेरे, तू कड़े नींदा ते मैं करा काम, मैं हुण दे दूंगी इदा। 50 बारी कहूंगी भी मैं सब्जी बना लैनी आ, मैं रोटी पका लैनी आ। इहदा मतलब ए नहीं भी मैं रोटी पकाउण लग जूंगी। बस कर, इहनू बंद कर दे। की गल देख नहीं होया, ये सारी सच्चाई ना तुहाडे सामने लेके आनी बहुत जरूरी सीगी। हाथ किदा मम्मी जी हुण तुहाडा? पुछ ना पुत, टस टस करदा, बहुत दर्द हुंदा होणा ना। चलो आपां हस्पताल चलदे आ। नहीं नहीं, हस्पताल की करन जाणा, आई ठीक हो जाणा ते गुजी सट लगी हुई आ, ए दिखदी थोड़ा ना हुंदी आ। मम्मी मैं तां दिख रहा सट लगी हुई आ, ओ भी गुट ते पट्टी हाथ ते बन्नी हुई आ। मम्मी यह हरकत करन दी कोई लोड़ सीगी? इन्ना हसदा बसदा परिवार आ अपना, ते तुसी एह जिहियां हरकतां करदे हो। मैं तां कदे सोचिया नहीं सीगा भी मेरी माँ आ कुछ भी करूगी। पुत मैनूं डर लगदा रहिंदा किते इह तैनूं लै के अड्ड ना हो जावे। मम्मी ओह क्यों अड्ड होऊगी, अड्ड तां तुसी करन नूं फिरदे हो सानूं दोनों नूं। आ पुत ना, केड़ी माँ चाहुंदी आ भी उहदा पुत दा घर ना बसे? तुसी चाहुंदे हो, होर कोई माँ नहीं चाहुंदी। पर मैनू ये नहीं पता भी थोड़े अंदरली माँ ही सारा कुछ कराउंदी आ कि अंदरली सस। हो जाना अड्ड, हो जावा। ना ना पुत, अड्ड होण दी की लोड़ आ? मैं तां इह सब कुछ तां करदी सी भी मेरे तों उह डर के रहे। उह तां की डर के रहूगी मम्मी, मैनूं तां लगदा हुण मैं भी थोड़े तों डर के रहूंगा जिद्दां दी तुसीं इह हरकत कीती आ। अगली बगानी धी आ, तुसीं उहनूं नौ ही समझदे हो ना, धी नहीं ना समझदे। जे अपनी कुड़ी दे नाल इह सारा कुछ होवे फिर? नहीं। की नहीं मम्मी? जिन्ना तू उहनूं डरा के रखेंगी ना उन्ना तेरे तों गल लुकाऊगी, ते जिन्ना उहनूं प्यार दे नाल रखेंगी उन्नियां उह तेरियां गल्लां मन्नूगी, तेनूं सारा कुछ दसूगी जिवें तेरी धी तेनूं सारा कुछ दसदी आ। उहनूं भी डरा के रखदे हो, उहनूं तां बड़े प्यार नाल रखदे हो। इह तूं की कही जाना, तूं मेरी कुड़ी दा मेल अपनी घरवाली दे नाल करी जाना। वाह मां, तुसीं धी दा मेल नूह नाल नहीं चाहुंदे पर जवाई दा मेल थोड़े पुत्तर का होना चाहिदा, ओह थोड़ा पुत्त बन के रहे तां सही है। जे जवाई नूं पुत्त बना के रखना जानदे हो ना
ਤਾਂ ਨੂੰਹ ਨੂੰ ਧੀ ਬਣਾ ਕੇ ਵੀ ਰੱਖਣਾ ਜਾਣੋ। ਇਹੀ ਗੱਲ ਮੈਂ ਤੁਹਾਨੂੰ ਕਹਿੰਦਾ। ਬਹੁਤ ਵੀਡੀਓ ਬਣਾਤੇ ਯਾਰ ਅਸੀਂ, ਸਾਨੂੰ ਜਿੰਨੀ ਦੇਰ ਤੱਕ ਇਸ ਮੈਟਰ ਦੇ ਉੱਤੇ ਮੈਸੇਜ ਆਉਣੇ ਬੰਦ ਨਹੀਂ ਨਾ ਹੁੰਦੇ, ਅਸੀਂ ਉਨੀ ਦੇਰ ਤੱਕ ਇਸ ਮੈਟਰ 'ਤੇ ਵੀਡੀਓ ਬਣਾਉਂਦੇ ਰਹਾਂਗੇ। ਨੌਂ ਨੂੰ ਧੀ ਮੰਨੋ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ। ਥੈਂਕ ਯੂ।